ਦਰਬਾਰ ਸਾਹਿਬ ਪਰਿਸਰ ਦੇ ਬਾਹਰ ਇੱਕ ਨਿੱਜੀ ਨਿਊਜ਼ ਚੈਨਲ ਦੇ ਜ਼ਰੀਏ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਸਕਰੀਨ ਨੂੰ ਲੈ ਕੇ ਗਲਤ ਅਫਵਾਹ ਉਡਾਈ ਜਾ ਰਹੀ ਹੈ ਅਤੇ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਗਲਤ ਤੱਥ ਦੱਸੇ ਜਾ ਰਹੇ ਨੇ, ਦਿਖਾਏ ਜਾ ਰਹੇ ਨੇ। ਇੱਕ ਨਿੱਜੀ ਨਿਊਜ਼ ਚੈਨਲ ਹਰ ਪਾਸੇ ਆਪਣਾ ਹੱਕ ਚਾਹੁੰਦਾ ਹੈ, ਹਰ ਪਾਸੇ ਆਪਣਾ ਹੱਕ ਚਾਹੁੰਦਾ ਹੈ, ਲਿਹਾਜ਼ਾ ਉਹ ਸੂਬੇ ਦੇ ਕਿਸੇ ਹੋਰ ਨਿਊਜ਼ ਚੈਨਲ ਨੂੰ ਨਹੀਂ ਪਹੁੰਚਾ ਪਾ ਰਿਹਾ, ਉਸਦੀ ਸਕਸੈਸ ਨੂੰ ਨਹੀਂ ਪਹੁੰਚਾ ਪਾ ਰਿਹਾ, ਉਸਦੀ ਸਫਲਤਾ ਨੂੰ ਨਹੀਂ ਪਹੁੰਚਾ ਪਾ ਰਿਹਾ ਅਤੇ ਸੂਬੇ ਦੀ ਨਿਰਪੱਖ ਖਬਰਾਂ ਉਸ ਨੂੰ ਰਾਸ ਨਹੀਂ ਆ ਰਹੀਆਂ ਉਸ ਨਿੱਜੀ ਨਿਊਜ਼ ਚੈਨਲ ਨੂੰ, ਅਤੇ ਫਿਰ ਤੋਂ ਉਹ ਆਪਣਾ ਏਜੰਡਾ ਪੰਜਾਬ ਦੀ ਜਨਤਾ 'ਤੇ ਥੋਪਣਾ ਚਾਹੁੰਦਾ ਹੈ ਕਿ ਕੰਮ ਕਰ ਰਿਹਾ ਇੱਕ ਨਿੱਜੀ ਨਿਊਜ਼ ਚੈਨਲ, ਪਰ ਸੂਬੇ ਦੀ ਜਨਤਾ ਸੱਚ ਅਤੇ ਸੱਚੀ ਆਵਾਜ਼ ਸੁਣਨਾ ਚਾਹੁੰਦੀ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਹਮੇਸ਼ਾ ਤੋਂ ਸੱਚ ਦੀ ਆਵਾਜ਼ ਚੁੱਕਦਾ ਰਿਹਾ ਹੈ ਅਤੇ ਅੱਗੇ ਵੀ ਚੁੱਕਦਾ ਰਹੇਗਾ। ਅਤੇ ਕਾਂਗਰਸ ਆਗੂ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਅਜਿਹੀਆਂ ਐਟ ਹਰ ਚੈਨਲ 'ਤੇ ਚੱਲਦੀਆਂ ਨੇ, ਜੇਕਰ ਕਿਸੇ ਨੂੰ ਸ਼ਿਕਾਇਤ ਹੈ ਤਾਂ ਉਹ ਨਿਊਜ਼ ਅਥਾਰਿਟੀ ਆਫ ਇੰਡੀਆ ਨੂੰ ਸ਼ਿਕਾਇਤ ਕਰੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸੇ ਸੋਢੇ ਦੀ ਜਿਹੜੀ ਹੈਗੀ ਹੈ ਐਡਵਰਟਾਈਜ਼ਮੈਂਟ ਦਿੱਤੀ ਹੈ, ਔਰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖ ਲੈਣ ਕਿ ਉਹਨਾਂ ਨੇ ਕਿੰਨੀ ਅਜਿਹੀਆਂ ਐਡਾਂ ਦਿੱਤੀਆਂ ਔਰ ਕਿੰਨੀ ਵਾਰੀ ਦਿੱਤੀਆਂ ਇਹ ਜਿਹੜੀਆਂ ਐਡ ਹੈਗੀਆਂ। ਔਰ ਇਹ ਨਿਸ਼ਪਕਸ਼ ਜਾਂਚ ਦਾ ਵਿਸ਼ਾ ਹੈਗਾ, ਉਹ ਚਾਹੁਣ ਅਤੇ ਜਿਹੜੀ ਨਿਊਜ਼ ਅਥਾਰਟੀ ਆਫ ਇੰਡੀਆ ਹੈ ਉੱਥੇ ਕੰਪਲੇਂਟ ਪਾਉਣ ਨਾ ਜੇ ਉਹਨਾਂ ਦੀ ਜ਼ਰੂਰਤ ਹੈ, ਔਰ ਉੱਥੇ ਜਾ ਕੇ ਫੈਸਲਾ ਕਰਵਾ ਲੈਣ, ਜਿਹੜਾ ਕੋਈ ਕਸੂਰਵਾਰ ਉਹਦੇ ਖਿਲਾਫ਼ ਕਾਰਵਾਈ ਵੀ ਹੋ ਜਾਏਗੀ। ਇਹ ਮੁਫ਼ਤ ਦੀਆਂ ਪਾਪੂਲੈਰਿਟੀ ਗੇਨ ਕਰਨੀ ਮੈਂ ਸਮਝਣਾ ਚੰਗੀ ਗੱਲ ਨਹੀਂ ਹੈ। ਸਾਡੇ ਨਾਲ ਨੇ ਜ਼ੀ ਮੀਡੀਆ ਪੱਤਰਕਾਰ ਰਾਜਨ ਗੋਸਾਈ ਅੰਮ੍ਰਿਤਸਰ ਤੋਂ ਲਾਈਵ। ਰਾਜਨ, ਮਤਲਬ ਜਿਹੜੀਆਂ ਵੱਡੀਆਂ ਵੱਡੀਆਂ ਸਕਰੀਨਸ 'ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਉੱਥੇ ਅੰਮ੍ਰਿਤਸਰ ਚੱਲ ਰਿਹਾ ਹੈ, ਆਉਣ ਜਾਣ ਵਾਲੇ ਸਾਰੇ ਲੋਕ ਵੇਖ ਰਹੇ ਨੇ, ਖਬਰਾਂ ਤਾਂ ਉਹਨਾਂ ਨੂੰ ਪਤਾ ਚੱਲ ਰਿਹਾ ਹੈ, ਪੂਰੇ ਪੰਜਾਬ 'ਚ ਕੀ ਹੋ ਰਿਹਾ ਪਤਾ ਚੱਲ ਰਿਹਾ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਜ਼ਰੀਏ, ਅਤੇ ਇਹ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ। ਜੀ ਬਿਲਕੁਲ ਸ਼ਮਿਤ, ਜੇ ਗੱਲ ਕੀਤੀ ਜਾਵੇ ਤਾਂ ਐਲ ਈ ਡੀ ਜਿਹੜੀ ਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਰਸਤੇ ਦੇ ਵਿੱਚ ਹੈਰੀਟੇਜ ਵਾਕ ਜਿਹੜੀ ਬਣਾਈ ਗਈ ਹੈ, ਵਿਰਾਸਤੀ ਮਾਰਗ ਜਿਹੜਾ ਉੱਥੇ ਉਹ ਲੱਗੀਆਂ, ਔਰ ਉੱਥੇ ਜਿਹੜੇ ਸੈਲਾਨੀ ਆਉਂਦੇ ਨੇ, ਦੂਰ ਦੁਰਾਡੇ ਤੋਂ ਸੈਲਾਨੀ ਆਉਂਦੇ ਨੇ, ਸ਼ਰਧਾਲੂ ਆਉਂਦੇ ਨੇ, ਸੰਗਤਾਂ ਆਉਂਦੀਆਂ, ਚਾਹੇ ਅੰਮ੍ਰਿਤਸਰ ਦੀ ਸੰਗਤ ਆ, ਉਹ ਜਿਹੜੇ ਆ ਉੱਥੇ ਖਲੋ ਕੇ ਅਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਅਤੇ ਪੂਰੇ ਪੰਜਾਬ ਦੀ ਹੀ ਨਹੀਂ ਹਰਿਆਣਾ ਹਿਮਾਚਲ ਜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਿਹੜੇ ਪੱਧਰ ਦੀਆਂ ਜਿਹੜੀਆਂ ਖਬਰਾਂ ਨੇ ਉਹ ਉੱਥੇ ਵੇਖ ਕੇ ਅਤੇ ਉਹਦੇ ਨਾਲ ਜਾਣੂ ਹੁੰਦੇ ਨੇ, ਰੂਬਰੂ ਹੁੰਦੇ ਨੇ, ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ। ਲੇਕਿਨ ਇੱਕ ਨਿੱਜੀ ਚੈਨਲ ਜਿਹੜਾ ਆਪਣਾ ਏਕਾ ਅਧਿਕਾਰ ਸਮਝ ਕੇ ਬੈਠਾ ਆ, ਉਹਨੂੰ ਇਹ ਚੀਜ਼ ਜਿਹੜੀ ਆ ਪਚਾਈ ਨਹੀਂ ਜਾ ਰਹੀ, ਉਹਨੂੰ ਪਚ ਨਹੀਂ ਰਹੀ ਆ, ਔਰ ਇਸੇ ਕਾਰਨ ਇੱਕ ਪ੍ਰੋਪੋਗੰਡਾ ਇੱਕ ਸਾਜਿਸ਼ ਦੇ ਤਹਿਤ ਇਹ ਕੰਮ ਜਿਹੜਾ ਉਹਨਾਂ ਨੇ ਇਹ ਕੀਤਾ। ਔਰ ਜੇ ਗੱਲ ਕੀਤੀ ਜਾਵੇ ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਹਮੇਸ਼ਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਔਰ ਜਨਤਾ ਦੇ ਵਾਸਤੇ ਔਰ ਜਨਤਾ ਨਿਰਪੱਖ ਖਬਰਾਂ ਜਿਹੜੀਆਂ ਉਹ ਦਿਖਾਉਂਦਾ ਹੈ। ਔਰ ਜੇ ਗੱਲ ਕੀਤੀ ਜਾਵੇ ਤਾਂ ਇੱਕ ਜਿਹੜਾ ਇਤਰਾਜ਼ ਚੁੱਕਿਆ ਗਿਆ, ਇੱਕ ਸੋਢੇ ਦੀ ਐਡਵਰਟਾਈਜ਼ਮੈਂਟ ਨੂੰ ਲੈ ਕੇ ਇਤਰਾਜ਼ ਚੁੱਕਿਆ ਗਿਆ, ਅਤੇ ਉਹ ਇਤਰਾਜ਼ ਉਹਦੇ ਜਿਹੜੀ ਐਡ ਜਿਹੜੀ ਚਲਾਈ ਗਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਐਡ ਜਿਹੜੀ ਚਲਾਈ ਗਈ, ਲੇਕਿਨ ਇੱਕ ਨਿੱਜੀ ਚੈਨਲ ਉਹਦਾ ਪ੍ਰੋਪੋਗੰਡਾ ਜਿਹੜਾ ਉਹ ਕੀਤਾ ਗਿਆ। ਇਸ ਮਸਲੇ 'ਤੇ ਮੇਰੇ ਨਾਲ ਅੰਮ੍ਰਿਤਸਰ ਦੇ ਇੱਕ ਸੱਜਣ ਵੀ ਮੌਜੂਦ ਹੈ, ਉਹਨਾਂ ਨੂੰ ਪੁੱਛ ਲੈਂਦੇ ਉਹਨਾਂ ਦਾ ਇਸ 'ਤੇ ਕੀ ਕਹਿਣਾ, ਇੱਕ ਨਿੱਜੀ ਚੈਨਲ ਵੱਲੋਂ ਇੱਕ ਪ੍ਰੋਪੋਗੰਡਾ ਸਾਜਿਸ਼ ਜਿਹੜੀ ਹੈ ਰਚੀ ਜਾ ਰਹੀ, ਕੀ ਲੱਗਦਾ ਕਿ ਜਿਹੜਾ ਏਕਾ ਅਧਿਕਾਰ ਉਹਨਾਂ ਦਾ ਖਤਮ ਹੋ ਰਿਹਾ ਇਸੇ ਲਈ ਕੀਤਾ ਗਿਆ? ਜਿਹੜਾ ਉਹ ਚੈਨਲ ਆ ਜੀ, ਉਹ ਆਪਣੇ ਫਾਇਦੇ ਲਈ ਇਹ ਸਾਰਾ ਗੁਰੂ ਘਰ ਦੇ ਨਾਲ ਖੇਡ ਖੇਡ ਰਿਹਾ। ਸਾਡਾ ਤਾਂ ਇਹ ਮੰਨਣਾ ਆ ਵੀ ਜਦੋਂ ਗੁਰਬਾਣੀ ਆ ਉਹਦਾ ਏਕ ਅਧਿਕਾਰ ਉਸ ਚੈਨਲ ਨੂੰ ਕਿਉਂ, ਜਦੋਂ ਸਰਬ ਸਾਂਝੀ ਗੁਰਬਾਣੀ ਆ ਜਿਹੜਾ ਮਰਜ਼ੀ ਚੈਨਲ ਫੜ ਕੇ ਉਹਨੂੰ ਚਲਾਵੇ ਲੋਕ ਉੱਥੋਂ ਹੀ ਸਮੇਂ, ਪਰ ਇਹਨਾਂ ਦਾ ਇੱਕ ਅਧਿਕਾਰ ਉੱਥੇ ਜਿਹੜਾ ਬਹੁਤ ਗਲਤ ਆ। ਇਹ ਜਿਹੜਾ ਚੈਨਲ ਆ ਸ਼ੁਰੂ ਤੋਂ ਹੀ ਆਪਣੇ ਫਾਇਦੇ ਲਈ ਲੋਕਾਂ ਨੂੰ ਬਲੈਕਮੇਲ ਕਰਨਾ, ਲੋਕਾਂ ਨੂੰ ਬਦਨਾਮ ਕਰਨਾ, ਇਹਦਾ ਸ਼ੁਰੂ ਤੋਂ ਇਹ ਕੰਮ ਰਿਹਾ। ਇਹਨਾਂ ਨੂੰ ਉੱਥੇ ਕੰਟਰੈਕਟ ਨਹੀਂ ਮਿਲਿਆ, ਇਹਨਾਂ ਨੇ ਫਟਾਫਟ ਉਹਦੇ ਖਿਲਾਫ਼ ਬੋਲਣਾ ਸ਼ੁਰੂ ਕਰਤਾ। ਸਾਰੇ ਸ਼ਹਿਰ 'ਚ ਇਹੋ ਹੀ ਚਰਚਾ ਹੈ ਜੀ। ਗੁੰਮਰਾਹ ਕੀਤਾ ਜਾ ਰਿਹਾ, ਕਿਹਾ ਜਰਨਲਿਜ਼ਮ ਦੇ ਵਿੱਚ ਗੁੰਮਰਾਹ ਕੀਤਾ ਜਾਣਾ ਚਾਹੀਦਾ, ਇੱਕ ਜਿਹੜਾ ਸਪਸ਼ਟ ਜਿਹੜਾ ਨਿਸ਼ਪਕਸ਼ ਜਿਹੜੇ ਜਰਨਲਿਸਟ ਨੇ ਜਾਂ ਇੱਕ ਮੀਡੀਆ ਹਾਊਸ ਨੇ ਉਹਨੂੰ ਜਨਤਾ ਨੂੰ ਗੁੰਮਰਾਹ ਕਰਨਾ ਚਾਹੀਦਾ ਜਿਸ ਤਰ੍ਹਾਂ ਕਰ ਰਹੇ ਨੇ? ਦੇਖੋ ਜਿੱਥੋਂ ਤੱਕ ਤੇ ਗੁੰਮਰਾਹ ਦੀ ਗੱਲ ਆ, ਚੈਨਲ ਜਿਹੜੇ ਆ ਜਾਂ ਪੱਤਰਕਾਰਤਾ ਇਹ ਤੀਸਰੀ ਅੱਖ ਆ ਜਾਂ ਪੰਜਵਾਂ ਪਿੱਲਰ ਆ ਡੈਮੋਕ੍ਰੇਸੀ ਦਾ। ਉਸ ਹਿਸਾਬ ਦੇ ਨਾਲ ਜਿਹੜਾ ਵੀ ਕੋਈ ਇਹੋ ਜਿਹਾ ਗੁੰਮਰਾਹ ਕਰਦਾ, ਭਾਵੇਂ ਕੋਈ ਪ੍ਰਿੰਟ ਮੀਡੀਆ ਭਾਵੇਂ ਇਲੈਕਟ੍ਰੋਨਿਕ ਮੀਡੀਆ, ਉਹਦੇ 'ਤੇ ਜਿਹੜੀ ਆ ਤੁਹਾਡੀਆਂ ਸੰਸਥਾ ਆ AIBP ਹੈ ਜਾਂ ਜਿਹੜੀ ਪ੍ਰਿੰਟ ਐਸੋਸੀਏਸ਼ਨ ਆ, ਇਹਨਾਂ ਨੂੰ ਬਹੁਤ ਸਖ਼ਤ ਨੋਟਿਸ ਲੈਣਾ ਚਾਹੀਦਾ। ਕਿਉਂਕਿ ਇਹੋ ਜਿਹੇ ਕਈ ਵਾਰੀ ਗੁੰਮਰਾਹ ਕਰਨ ਨਾਲ ਹਿੰਦੁਸਤਾਨ 'ਚ ਜਾਂ ਪ੍ਰਦੇਸ਼ ਦੇ ਵਿੱਚ ਕਈ ਤਰ੍ਹਾਂ ਦੇ ਦੰਗੇ ਫੈਲ ਜਾਂਦੇ ਆ, ਕਈ ਵਾਰੀ ਬਹੁਤ ਜ਼ਿਆਦਾ ਸਮਾਜ ਦਾ ਸਰਕਾਰ ਦਾ ਨੁਕਸਾਨ ਹੋ ਜਾਂਦਾ। ਇਹਨੂੰ ਬਹੁਤ ਸਖ਼ਤ ਐਕਸ਼ਨ ਲੈਣਾ ਚਾਹੀਦਾ, ਸਰਕਾਰ ਨੂੰ ਵੀ ਅਤੇ SGPC ਨੂੰ ਵੀ ਅਤੇ ਸ਼ਹਿਰ ਵਾਸੀਆਂ ਨੂੰ ਵੀ।
ਬਿਲਕੁਲ ਸ਼ਮੀ, ਤੁਸੀਂ ਸੁਣਿਆ ਕਿ ਲੋਕ ਜਿਹੜੇ ਨੇ ਉਹ ਇਹੀ ਮੰਨ ਰਹੇ ਨੇ ਕਿ ਗੁੰਮਰਾਹ ਕੁਨ ਜਿਹੜੀ ਆ ਪ੍ਰਚਾਰ ਜਿਹੜਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਖਿਲਾਫ਼ ਕੀਤਾ ਜਾ ਰਿਹਾ, ਕਿਉਂਕਿ ਏਕਾ ਅਧਿਕਾਰ ਜਿਹੜਾ ਉਹਨਾਂ ਦਾ ਟੁੱਟਿਆ, ਪਹਿਲਾਂ ਉਸੇ ਨਿੱਜੀ ਚੈਨਲ ਦੀ ਉੱਥੇ ਪ੍ਰਸਾਰਣ ਹੁੰਦਾ ਸੀ, ਹੁਣ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਪ੍ਰਸਾਰਣ ਹੋ ਰਿਹਾ ਔਰ ਉਹ ਜਿਹੜੀ ਸੱਚ ਹੱਕ ਦੀ ਜਿਹੜੀ ਆਵਾਜ਼ ਜੀ ਪੰਜਾਬ ਹਰਿਆਣਾ ਹਿਮਾਚਲ ਚੁੱਕਦਾ, ਉਹ ਜਿਹੜੀ ਆ ਉਹ ਨਿੱਜੀ ਚੈਨਲ ਨੂੰ ਪਚ ਨਹੀਂ ਰਹੀ ਹੈ ਜੀ, ਨਿੱਜੀ ਚੈਨਲ ਨੂੰ ਇਸ ਕਰਕੇ ਵੀ ਪਚ ਨਹੀਂ ਰਹੀ ਹੈ ਰਾਜਨ, ਕਿਉਂਕਿ ਲਗਾਤਾਰ ਜੀ ਪੰਜਾਬ ਹਰਿਆਣਾ ਹਿਮਾਚਲ, ਪੰਜਾਬ ਹਰਿਆਣਾ ਹਿਮਾਚਲ ਤੇ ਛਾਇਆ ਹੋਇਆ, ਰੇਟਿੰਗ ਦਾ ਕੋਈ ਤੋੜ ਨਹੀਂ ਹੈ, ਇਹੀ ਗੱਲਾਂ ਉਹਨਾਂ ਨੂੰ ਪਚ ਨਹੀਂ ਰਹੀਆਂ। ਜੀ ਬਿਲਕੁਲ, ਜੇ ਗੱਲ ਕਰੀਏ ਤਾਂ ਆਮ ਜਨਤਾ ਵੀ ਜਿਹੜੀ ਹੈ ਉਹ ਜੀ ਪੰਜਾਬ ਹਰਿਆਣਾ ਹਿਮਾਚਲ ਨੂੰ ਪਸੰਦ ਕਰ ਰਹੀ ਹੈ ਔਰ ਰੇਟਿੰਗ ਦੀ ਜੇ ਗੱਲ ਕੀਤੀ ਜਾਵੇ ਤਾਂ ਰੇਟਿੰਗ ਦੇ ਵਿੱਚ ਵੀ ਜਿਹੜਾ ਕਿਤੇ ਵੀ ਜਿਹੜਾ ਨਿੱਜੀ ਚੈਨਲ ਆ ਸਾਡੇ ਲਾਗੇ ਨਹੀਂ ਲੱਗ ਰਿਹਾ ਔਰ ਆਮ ਜਨਤਾ ਨੇ ਜਿਹੜਾ ਉਹ ਨਿੱਜੀ ਚੈਨਲ ਉਹਨੂੰ ਨਕਾਰਿਆ ਹੋਇਆ, ਉਹ ਇਹੀ ਕਾਰਨ ਹੈ ਕਿ ਰੇਟਿੰਗ ਦੇ ਵਿੱਚ ਜੀ ਪੰਜਾਬ ਹਰਿਆਣਾ ਹਿਮਾਚਲ ਪਿਛਲੇ ਲੰਬੇ ਸਮੇਂ ਤੋਂ ਨੰਬਰ 1 ਹੈ ਔਰ ਇਸੇ ਕਾਰਨ ਹੀ ਇੱਕ ਪ੍ਰੋਪੋਗੰਡਾ, ਇੱਕ ਸਾਜਿਸ਼ ਜਿਹੜੀ ਹੈ, ਗੁੰਮਰਾਹਕੁਨ ਪ੍ਰਚਾਰ ਜਿਹੜਾ ਉਹ ਨਿੱਜੀ ਚੈਨਲ ਵੱਲੋਂ ਸ਼ੁਰੂ ਕੀਤਾ ਗਿਆ ਜੀ। ਪ੍ਰੋਪੇਗੈਂਡਾ ਵੀ, ਔਰ ਜਿਵੇਂ ਆ ਜਿਹੜੀ ਅੰਮ੍ਰਿਤਸਰ ਦੀ ਜਨਤਾ ਤੁਹਾਡੇ ਨਾਲ ਮੌਜੂਦ ਹੈ, ਇਹ ਕਹਿ ਹੀ ਰਹੀ ਸੀ ਕਿ ਜਿਵੇਂ ਕਿ ਪ੍ਰਚਾਰ ਦੀ ਗੱਲ ਹੁੰਦੀ ਹੈ, ਗੁਰਬਾਣੀ ਦੇ ਪ੍ਰਚਾਰ ਦੀ ਗੱਲ ਹੁੰਦੀ ਹੈ, ਉਹ ਇੱਕੋ ਚੈਨਲ ਕੋਲ ਏਕਾ ਅਧਿਕਾਰ ਹੈ। ਇਹ ਸਵਾਲ ਲਗਾਤਾਰ ਅਸੀਂ ਵੀ ਚੁੱਕ ਰਹੇ ਹਾਂ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤਾਂ ਮੁਲਕ ਭਰ ਵਿੱਚ, ਵਿਦੇਸ਼ਾਂ ਵਿੱਚ, ਮਤਲਬ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਹੋਣਾ ਚਾਹੀਦਾ, ਇਹ ਜੇ ਸਵਾਲ ਅਸੀਂ ਪੁੱਛ ਰਹੇ ਸਨ, ਸ਼ਾਇਦ ਇਹੀ ਗੱਲਾਂ ਹਜ਼ਮ ਨਹੀਂ ਹੋਈਆਂ। ਜੀ ਬਿਲਕੁਲ ਸ਼ਮਿਤ, ਅਸੀਂ ਕਿਉਂਕਿ ਜਿਹੜੇ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਕਿਰਪਾਲ ਸਿੰਘ ਬਡੂੰਗਰ, ਉਹਨਾਂ ਨਾਲ ਵੀ ਇਹੀ ਮੁੱਦਾ ਜਿਹੜਾ ਅਸੀਂ ਚੁੱਕਿਆ ਸੀ ਕਿ ਇੱਕ ਨਿੱਜੀ ਚੈਨਲ ਨੂੰ ਹੀ ਇਹਦਾ ਏਕਾਧਿਕਾਰ ਕਿਉਂ ਦਿੱਤਾ ਗਿਆ, ਜਿਹੜਾ ਐਸ ਜੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਜਿਹੜਾ ਏਜੰਡਾ ਹੈ ਉਹ ਧਰਮ ਪ੍ਰਚਾਰ ਦਾ, ਔਰ ਜੇ ਅਲੱਗ ਅਲੱਗ ਚੈਨਲਾਂ ਨੂੰ ਜੇ ਮੰਨ ਲਓ ਇੱਕ ਚੈਨਲ ਦੀ ਜਗ੍ਹਾ 2 ਜਾਂ 3 ਜਾਂ 4 ਚੈਨਲਸ ਨੂੰ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੀ ਜੇ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਹੋਏਗਾ, ਲੇਕਿਨ ਇੱਕ ਨਿੱਜੀ ਚੈਨਲ ਜਿਹੜਾ ਆਪਣੇ ਮੁਫਾਦ ਵਾਸਤੇ, ਕਿਉਂਕਿ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਇਹ ਮੁੱਦਾ ਚੁੱਕਿਆ ਸੀ ਔਰ ਐਸ ਜੀ ਪੀ ਸੀ ਪ੍ਰਧਾਨ ਨੇ ਕਿਹਾ ਸੀ ਕਿ ਇਹ ਤੇ ਵਿਚਾਰ ਵੀ ਕੀਤਾ ਜਾ ਸਕਦਾ, ਲੇਕਿਨ ਇਹ ਜਿਹੜਾ ਹੈ ਉਹ ਨਿੱਜੀ ਚੈਨਲ ਨੂੰ ਜਿਹੜਾ ਰਾਜ ਨਹੀਂ ਆ ਰਿਹਾ ਸੀ ਉਹਨਾਂ ਨੂੰ, ਇਸੇ ਲਈ ਉਹਨਾਂ ਨੇ ਇੱਕ ਪ੍ਰੋਪੋਗੰਡਾ ਜਿਹੜਾ ਗੁੰਮਰਾਹਕੁਨ ਪ੍ਰਚਾਰ ਪ੍ਰਸਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਖਿਲਾਫ ਪ੍ਰੋਪੋਗੰਡਾ ਕਰਕੇ ਅਕਸ ਜਿਹੜਾ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਉਹਨੂੰ ਵਿਗਾੜਿਆ ਜਾ ਸਕੇ, ਲੇਕਿਨ ਜੇ ਗੱਲ ਕਰੀਏ ਆਮ ਜਨਤਾ ਦੀ, ਪੰਜਾਬ ਦੀ ਜਨਤਾ ਦੀ ਗੱਲ ਕਰੀਏ ਤੇ ਪੰਜਾਬ ਦੀ ਜਨਤਾ ਹਮੇਸ਼ਾ ਵਾਂਗ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਖੜੀ ਹੈ ਔਰ ਇਹ ਗੁੰਮਰਾਹਕੁਨ ਜਿਹੜਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਇਹਨੂੰ ਨਕਾਰ ਰਹੀ ਹੈ ਜੀ। ਰਾਜਨ, ਜਿਸ ਤਰੀਕੇ ਨਾਲ ਉਹ ਜਿਹੜੀ ਹੈਰੀਟੇਜ ਵਾਕ ਹੈ ਉੱਥੇ ਵੱਡੀਆਂ ਵੱਡੀਆਂ ਸਕਰੀਨਸ 'ਤੇ ਜੀ ਪੰਜਾਬ ਹਰਿਆਣਾ ਹਿਮਾਚਲ ਚੱਲ ਰਿਹਾ ਹੈ, ਪੰਜਾਬੀ 'ਚ ਖਬਰਾਂ ਪ੍ਰਸਾਰਿਤ ਹੋ ਰਹੀਆਂ ਨੇ, ਥੱਲੇ ਟਿਕਰ ਵਿੱਚ ਹਿੰਦੀ 'ਤੇ ਖਬਰਾਂ, ਮਤਲਬ ਜਿਹੜੇ ਸੈਲਾਨੀ ਪੰਜਾਬ 'ਤੇ ਬਾਹਰੋਂ ਦੀ ਆਏ ਨੇ ਉਹਨਾਂ ਨੂੰ ਵੀ ਸਭ ਕੁਝ ਪਤਾ ਲੱਗ ਰਿਹਾ ਹੈ, ਪੂਰੇ ਪੰਜਾਬ 'ਚ ਕੀ ਕੁਝ ਹੋ ਰਿਹਾ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਰਾਹੀਂ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ, ਮਤਲਬ ਇਸ ਚੀਜ਼ ਦੀ ਵੀ ਥੋੜ੍ਹੀ ਟੀਸ ਹੋਏਗੀ। ਜੀ ਬਿਲਕੁਲ ਸ਼ਮੀ, ਜਦੋਂ ਤੋਂ ਇਹ ਸ਼ੁਰੂ ਹੋਇਆ ਉਸ ਤੋਂ ਬਾਅਦ ਅਸੀਂ ਜਿਹੜੇ ਉੱਥੇ ਸੈਲਾਨੀ ਆਏ, ਜਿਹੜੇ ਬਾਹਰੋਂ ਈਵਨ ਮੁੰਬਈ ਤੋਂ, ਪੁਣੇ ਤੋਂ, ਹੈਦਰਾਬਾਦ ਤੋਂ ਜਿਹੜੇ ਉੱਥੇ ਸੈਲਾਨੀ ਆ ਰਹੇ ਨੇ, ਜਿਹੜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ, ਉਹਨਾਂ ਨਾਲ ਜਦੋਂ ਗੱਲ ਕੀਤੀ ਗਈ ਸੀ ਤਾਂ ਉਹਨਾਂ ਨੇ ਜ਼ੀ ਮੀਡੀਆ ਦੇ ਇਸ ਜਿਹੜਾ ਉਪਰਾਲਾ ਕੀਤਾ ਗਿਆ ਇਹਦੀ ਸ਼ਲਾਘਾ ਕੀਤੀ ਸੀ ਔਰ ਉਹ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਅਸੀਂ ਟੂਰਿੰਗ 'ਤੇ ਹੁੰਦੇ ਹਾਂ, ਟਰੈਵਲਿੰਗ ਦੇ ਵਿੱਚ ਹੁੰਦੇ ਹਾਂ, ਉਦੋਂ ਸਿਵਾਏ ਸੋਸ਼ਲ ਮੀਡੀਆ ਦੇ ਸਾਨੂੰ ਕੋਈ ਜਾਣਕਾਰੀ ਜਿਹੜੀ ਆ ਦੇਸ਼ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਉਹਦੇ ਬਾਰੇ ਨਹੀਂ ਪਤਾ ਲੱਗਦਾ ਔਰ ਸੋਸ਼ਲ ਮੀਡੀਆ 'ਤੇ ਜਾਣਕਾਰੀ ਜਿਹੜੀ ਆ ਉਹ ਕਾਫੀ ਦੇਰੀ ਨਾਲ ਮਿਲਦੀ ਹੈ। ਜਦੋਂ ਉਹਨਾਂ ਨੇ ਇੱਥੇ ਜੀ ਮੀਡੀਆ ਵੱਲੋਂ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਸਕਰੀਨਾਂ 'ਤੇ ਨਿਊਜ਼ ਦੇਖੀ ਸਕਰੀਨਾਂ 'ਤੇ, LED ਸਕਰੀਨਾਂ 'ਤੇ, ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਇਹਦੇ ਨਾਲ ਬਹੁਤ ਵਧੀਆ ਉਪਰਾਲਾ ਹੈ, ਇਹਦੇ ਨਾਲ ਜਿਹੜੇ ਚਾਹੇ ਸੈਲਾਨੀ ਨੇ, ਚਾਹੇ ਆਮ ਜਿਹੜੀ ਸੰਗਤ ਹੈ, ਚਾਹੇ ਅੰਮ੍ਰਿਤਸਰ ਦੀ ਸੰਗਤ ਹੈ, ਇੱਥੇ ਬੈਠਦੀ ਹੈ, ਇੱਥੇ ਦੇਖਦੀ ਹੈ, ਅਤੇ ਉਹ ਜਿਹੜੀ ਰੋਜ਼ਾਨਾ ਦੀ ਜਿਹੜੀ ਨਿਊਜ਼ ਹੋ ਰਹੀ, ਨਿਊਜ਼ ਅਪਡੇਟ ਹੁੰਦੀ ਹੈ, ਉਹਦੇ ਨਾਲ ਉਹ ਰੂਬਰੂ ਹੁੰਦੇ ਨੇ, ਦੁਨੀਆ ਦੇਸ਼ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਨਾਲ ਰੂਬਰੂ ਹੁੰਦੇ ਔਰ ਉਹਨਾਂ ਨੇ ਇਸ ਦੀ ਸ਼ਲਾਘਾ ਵੀ ਕੀਤੀ ਸੀ ਔਰ ਲੱਗਦਾ ਇਹੀ ਹੈ ਕਿ ਜਿਹੜਾ ਨਿੱਜੀ ਚੈਨਲ ਹੈ ਉਹਨੂੰ ਇਸੇ ਦੀ ਟੀਸ ਜਿਹੜੀ ਆ ਉਹਨੂੰ ਲੱਗੀ ਹੈ, ਇਸੇ ਦਾ ਸੇਕ ਲੱਗਾ, ਇਸੇ ਲਈ ਉਹਨਾਂ ਨੇ ਜਿਹੜਾ ਗੁੰਮਰਾਹਕੁਨ ਪ੍ਰਚਾਰ ਅਤੇ ਪ੍ਰਸਾਰ ਜਿਹੜਾ ਕਰਨਾ ਸ਼ੁਰੂ ਕੀਤਾ ਜੀ। ਅਤੇ ਇੰਨੇ ਸਾਰੇ ਵੈਰਾਇਟੀ ਵਾਲੇ ਪ੍ਰੋਗਰਾਮਸ ਨੇ, ਮਤਲਬ ਸਵੇਰ ਤੋਂ ਹੀ ਗੁੱਡ ਮਾਰਨਿੰਗ ਜੀ ਹੋ ਗਿਆ, ਖਬਰੋਂ ਮੇ ਆਜ, ਪੰਜਾਬ ਕੀ ਬਾਤ, ਜਿਸ ਵਿੱਚ ਅਲੱਗ ਅਲੱਗ ਇਲਾਕਿਆਂ ਜਾ ਕੇ ਸਾਡੇ ਰਿਪੋਰਟਰਸ ਗੱਲ ਕਰਦੇ ਨੇ ਲੋਕਾਂ ਨਾਲ, ਮੁੱਦੇ ਕੀ ਬਾਤ ਹੈ, 25 ਖਬਰ 25 ਰਿਪੋਰਟਰ ਹੈ, ਇਹ ਸਾਰੇ ਪ੍ਰੋਗਰਾਮ ਵੈਰਾਇਟੀ ਖਬਰਾਂ ਦੀ, ਅਤੇ ਜਦੋਂ ਮੁੱਦੇ ਕੀ ਬਾਤ ਚੱਲਦਾ ਹੈ ਜ਼ਬਰਦਸਤ ਡਿਸਕਸ਼ਨ ਹੁੰਦੀ ਹੈ, ਪੂਰਾ ਪੈਨਲ ਬੈਠਦਾ ਹੈ, ਅਤੇ ਉੱਥੇ ਹੈਰੀਟੇਜ ਵਾਕ 'ਤੇ ਲੋਕ ਖੜ ਖੜ ਕੇ ਇਸ ਸੱਜ ਨੂੰ ਵੇਖਦੇ ਨੇ, ਇਹੀ ਸਾਰੀਆਂ ਚੀਜ਼ਾਂ ਰਾਜਨ ਹਜ਼ਮ ਨਹੀਂ ਕਰ ਪਾਇਆ ਉਹ ਨਿੱਜੀ ਨਿਊਜ਼ ਚੈਨਲ।
जी बिल्कुल गौरव जी गल करिए ते असी जी पंजाब हरियाणा हिमाचल न्यूज़ दे मामले दे विच अज भी नंबर वन है और जे निजी चैनल की गल की जाए लोगों वालों नकारिया गया सिर्फ गुरबाणी जदा प्रसारण जो हुंदा उदों ही लोग उन्हों देखते हैं जे खबरां की गल की जाए तो निष्पक्ष खबरां जिहड़ियां जी पंजाब हरियाणा हिमाचल ते लोगों नूं देखण नूं मिलदियां चाहे सरकार कोई भी होवे हमेशा निष्पक्ष खबरां जिहड़ियां निरतर्क तरीके दे नाल असी दिखाने जिन्हों देख के लोग जिहड़ा उहनूं प्रशंसा भी करते उहदी शलाघा भी करते और जे गल करिए हरेक प्रोग्राम की चाहे गुड मॉर्निंग विद जी हो पंजाब की बात हो मुद्दे की बात हो लोग हर एक जड़ा प्रसारण जी पंजाब हरियाणा हिमाचल से किया जाता हर एक प्रोग्राम जड़ा उन्हें पसंद करते हैं और यही कारण है कि निजी चैनल जड़ा जी पंजाब हरियाणा की जी जी सफलता है उन्होंने वह पहचान नहीं पा रहे और गुमराहकुन प्रचार प्रसार करके एक निजी अपना मुफाद जड़ा उन्हें वह पूरा करने की कोशिश कर रहे जी 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 पंजाब हरियाणा हिमाचल की सफलता से धमक है जिस नाल मतलब चैनल जिहड़े ने इस तरीके का प्रोपेगेंडा चला रहे हैं तो साडा काम है खबर दिखाना असी खबर दिखाते रहेंगे बाकी जनता तय करती है रेटिंग बेजोड़ है अपनी तो कोई चिंता वाली गल है नहीं राजन धन्यवाद प्रोपेगेंडा जिहड़ा है वो ज़्यादा सफल नहीं होण।